ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦੇ ਪਿੰਡ ਮੱਠੀ ਦੇ ਵਿੱਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਤੋਂ ਬਾਹਰੋਂ ਆਏ ਵਿਅਕਤੀਆਂ ਨੇ ਪਿੰਡ ਮੱਠੀ ਦੇ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਜ਼ਮੀਨ ਦੇ ਮਾਲਕ ਜਰਨੈਲ ਸਿੰਘ ਦੇ ਬੇਟੇ ਮੁਤਾਬਕ ਜਦੋਂ ਸਵੇਰੇ 9 ਵਜੇ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਉਸਨੇ ਦੇਖਿਆ ਕਿ ਉਸਦੇ ਖੇਤਾਂ ਦੇ ਵਿੱਚ 8-10 ਵਿਅਕਤੀ ਟਰੈਕਟਰ ਦੇ ਕਈਆਂ ਸਮੇਤ ਖੇਤ ਵਾਹ ਰਹੇ ਸਨ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਥੇ ਹਥਿਆਰ ਵੀ ਸਨ। ਜਿਸ ਨੂੰ ਦੇਖ ਕੇ ਉਸਨੇ ਆਪਣੇ ਪਿਤਾ ਨੂੰ ਫੋਨ ਕੀਤੇ, ਨਾਲ ਹੀ ਪੁਲਿਸ ਨੂੰ ਵੀ ਇਤਲਾਹ ਕੀਤਾ। ਚੌਂਕੀ ਇੰਚਾਰਜ ਖੇੜਾ ਮੇਜਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਜਗ੍ਹਾ ਤੇ ਪਹੁੰਚ ਕੇ ਉਹਨਾਂ ਨੇ ਹਾਲਾਤ ਤੇ ਕਾਬੂ ਪਾਇਆ। ਦੋਸ਼ੀਆਂ ਦੇ ਖਿਲਾਫ ਉਹਨਾਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਮਾਮਲਾ ਜੀ? ਜੀ ਸਾਡੀ ਜ਼ਮੀਨ 'ਤੇ ਕਬਜ਼ਾ ਕਰਦੇ ਆ ਜਿਹੜੇ ਵਿਰੋਧੀ, ਸਾਨੂੰ ਆ ਕੇ ਧਮਕੀਆਂ ਦਿੰਦੇ ਆ ਅਤੇ ਅਸੀਂ ਬਹੁਤ ਪਰੇਸ਼ਾਨ ਹਾਂ ਅਤੇ ਮੇਰਾ ਇਕੱਲਾ ਮੁੰਡਾ ਹੈ ਅਤੇ ਬਾਕੀ ਮੈਂ ਦਿਲ ਦੀ ਮਰੀਜ਼ ਹਾਂ ਅਤੇ ਸਾਨੂੰ ਬਹੁਤ ਪਰੇਸ਼ਾਨਤਾ ਕਰਦੇ ਆ। ਥੋੜ੍ਹੇ ਕੁ ਦਿਨਾਂ ਬਾਅਦ ਕਬਜ਼ਾ ਲੈਣ ਆ ਜਾਂਦੇ ਆ, ਜ਼ਮੀਨ ਵਾਹ ਜਾਂਦੇ ਆ। ਹਾਂਜੀ, ਪਹਿਲਾਂ ਵੀ ਕਬਜ਼ਾ ਕਰਨਾ ਸਾਡੇ ਜ਼ਮੀਨ 'ਤੇ ਆਏ ਅਤੇ ਸਾਡੇ ਘਰ ਵਿੱਚ ਧਮਕੀਆਂ ਦੇ ਕੇ ਗਏ ਅਤੇ ਸਾਨੂੰ ਕਹਿ ਕੇ ਗਏ ਵੀ ਜੇ ਤੁਹਾਡੇ ਦਮ ਆ ਤੁਹਾਡੇ ਸਾਡੇ ਉੱਥੇ ਆਵੋ ਅਤੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਜੀ। ਅਤੇ ਮੈਂ ਅਤੇ ਮੇਰੀ ਨੂੰਹ ਸੀ ਘਰ ਜੋ ਪਹਿਲੇ ਦਿਨ ਇਹ ਧਮਕੀਆਂ ਦੇ ਕੇ ਗਏ ਆ, ਸਾਨੂੰ ਲਲਕਾਰ ਕੇ ਗਏ ਆ ਵੀ ਅੱਜ ਖਰੌੜ ਵੀ ਮੋਟਰ 'ਤੇ ਮੇਲਾ ਲੱਗਣਾ, ਇੱਕਣਾ ਵੀ ਕਹਿ ਕੇ ਗਏ। ਅਤੇ ਸਾਨੂੰ ਪਿੰਡ ਦਿਆਂ ਨੇ ਦੱਸਿਆ ਵੀ ਨਜਾਇਜ਼ ਬੰਦੇ ਕਬਜ਼ਾ ਕਰਨ ਆ ਰਹੇ ਸੀ। ਜਦ ਅਸੀਂ ਉੱਥੇ ਗਏ ਜੀ ਮੌਕੇ ਪਰ ਤਾਂ ਹੱਥ 'ਚ ਉਹਨਾਂ ਦੇ ਕਈਆਂ ਦੀ 8-9 ਬੰਦੇ 'ਤੇ ਜੀ, 2 ਟਰੈਕਟਰ 'ਤੇ ਜੀ। ਜਦ ਅਸੀਂ ਗਏ ਜੀ ਅਸੀਂ ਪੁਲਿਸ ਨੂੰ ਤਲਾਹ ਕਰੀ ਜੀ, ਉਸ ਟਾਈਮ ਉਹ ਪਿੱਛੇ ਮੁੜ ਗਏ ਜੀ ਅਤੇ ਹਥਿਆਰ ਚੱਕੀ ਫਿਰਦੇ ਅਤੇ ਕਹੀਆਂ ਕੁਹੀਆਂ ਜੀ, ਡਾਂਗਾਂ ਹੱਥ 'ਚ ਤੀਆਂ ਜੀ ਉਹਨਾਂ ਦੇ। ਸਾਡੇ ਪਿੰਡ ਦੇ ਤੀ ਜੀ ਲੰਬੜਦਾਰ ਸਿੰਘ ਸ਼ੇਰ ਸਿੰਘ ਜੀ, ਕਰਮ ਸਿੰਘ ਉਹਦੇ ਮੁੰਡੇ ਜੀ, ਉਹਨਾਂ ਦੇ ਰਿਸ਼ਤੇਦਾਰ ਤੀ ਜੀ ਨਾਲ, ਅਤੇ ਅਣਪਸੰਦ ਬੰਦੇ ਦੀ ਅਤੇ ਆਈ ਓ ਤੀ ਜੀ ਵੀ ਜਦੀ ਭੱਜ ਗਈ ਜਦ ਅਸੀਂ ਗਏ ਜੀ ਉੱਥੇ ਜੀ।